ਇੱਦਾਂ ਟਾਈਮ ਦਾ ਗੁਰਬਾਜ ਸਾਹਿਬ ਕਰਨ ਦੇ ਰੈਸਟ, ਅਤੇ ਮੇਰੀ ਹੈਗੀ ਹੈ ਘਰ ਦੀ ਅੱਜ ਵਾਪਸੀ। ਕਿਉਂਕਿ ਪ੍ਰੀਤ ਕਹਿੰਦੀ ਆ ਵੀ ਜਦੋਂ ਆਪਾਂ ਨੂੰ ਤੁਸੀਂ ਮਿਲ ਜੂਗੀ ਅਤੇ ਫਿਰ ਆਪਾਂ ਮਤਲਬ ਮੈਂ ਆ ਜੂੰਗੀ ਅਤੇ ਤੁਸੀਂ ਚਲੇ ਜਾਇਓ ਜਾਣਾ। ਤੁਹਾਨੂੰ ਪਤਾ ਫਿਰ ਮੰਮੀ ਡੈਡੀ ਇਕੱਲੇ ਘਰ ਹੁੰਦੇ ਆ ਅਤੇ ਫਿਰ ਮੁਸ਼ਕਿਲ ਹੈ, ਫਿਰ ਇੱਕ ਜਣਾ ਲਾਗੇ ਤਾਂ ਹੋਣਾ ਚਾਹੀਦਾ ਕੋਈ, ਤਾਂ ਕਰਕੇ ਤੁਹਾਨੂੰ ਜਾਣਾ ਪੈਣਾ ਅੱਜ ਵਾਪਸੀ ਘਰ। ਅਤੇ ਮੈਂ ਚੱਲਦਾ ਘਰ ਅਤੇ ਇਹ ਰਹਿਣਗੇ ਇੱਥੇ ਹੀ ਅਜੇ ਲੁਧਿਆਣੇ, ਫਿਰ ਇਹਨਾਂ ਨੂੰ ਲੈ ਰੋਟੀ ਪਾਣੀ ਵੀ ਹੋ ਗਈ ਆ ਤਿਆਰੀ, ਭਾਬੋ ਸਾਡੀ ਬਣਾਉਣ ਦੀ ਰੋਟੀ ਨਹੀਂ, ਅਤੇ ਰੋਟੀ ਪਾਣੀ ਵੀ ਹੋ ਗਈ ਤਿਆਰੀ, ਉਹ ਖਾ ਕੇ ਰੋਟੀ ਅਤੇ ਫਿਰ ਚੱਲਦੇ ਹਾਂ ਆਪਾਂ ਘਰ। ਚਲੋ ਜੀ ਹੁਣ ਚੱਲਦੇ ਆਪਾਂ ਘਰ। ਗੁਰਬਾਜ ਸਾਹਿਬ ਪਹਿਲਾਂ ਇੰਚੋ ਵਾ ਅਤੇ ਬਹਿਣ ਨੂੰ ਤਿਆਰ ਹੋ ਜਾਂਦੇ ਆ ਹਲਾ ਫੱਟ, ਹੈ ਗੁਰਬਾਜ ਲਓ ਲਓ ਗੁਰਬਾਜ ਲਾਊਗਾ ਚਾਬੀ ਹੈ ਨਾ। ਇਹ ਚਲੋ ਜੀ ਥੈਂਕ ਯੂ ਚੱਲੀਏ। ਲਓ ਜੀ ਵੀਰ ਜੀ ਦੇ ਚੱਲ ਗਏ ਕੰਮ 'ਤੇ ਅਤੇ ਆਪਾਂ ਵੀ ਹੁਣ ਆਪਾਂ ਚੱਲੀਏ ਘਰ, ਭਾਬੋ ਨਾਲ ਮਿਲ ਲਿਆ ਵਾ। ਅਤੇ ਚਲੋ ਠੀਕ ਆ ਭਾਬੋ, ਬਾਏ ਬਾਏ। ਇਹ ਹੈਗਾ ਜੀ ਲੁਧਿਆਣੇ ਦਾ ਟਿੱਬਾ ਰੋਡ, ਲੁਧਿਆਣੇ ਸਿਲਸਿਲੇ ਟ੍ਰੈਫਿਕ ਬਹੁਤ ਆ ਯਾਰ, ਹਰ ਚੌਂਕ ਦੇ ਵਿੱਚ ਜਿਵੇਂ ਚੌਂਕ ਹੁੰਦੇ ਨੇ ਟ੍ਰੈਫਿਕ ਬਹੁਤ ਜ਼ਿਆਦਾ, ਜਾਮ ਜਿਹਾ ਲੱਗਾ ਹੁੰਦਾ ਹਰ ਚੌਂਕ ਦੇ ਵਿੱਚ। ਇਹ ਕਿੱਡਾ ਫਰਕ ਆ ਯਾਰ, ਔਫ ਆ ਚੌਂਕ ਆ ਗਿਆ ਨਾ ਸਾਹਮਣੇ, ਔਫ ਜਾਮ ਸ਼ੁਰੂ ਹੋ ਗਿਆ ਨਾਲ ਹੀ, ਉਹ ਕਿੰਨਾ ਜਾਮ ਲੱਗਾ ਹੈ, ਬੱਲੇ 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 ਔਫ, ਦੂਰ ਦੂਰ ਤੱਕ ਦੂਰ ਦੂਰ ਤੱਕ ਜਾਮ ਲੱਗਾ ਔਫ। ਲਓ ਜੀ ਪਹੁੰਚ ਗਏ ਘਰ, ਇਹਨਾਂ ਨੂੰ ਛੱਡ ਕੇ ਆਪਣਾ ਪ੍ਰੀਤ ਹੋਣਾ ਨੂੰ, ਅਤੇ ਮੈਂ ਹੁਣ ਚੱਲਦਾ ਹੋਇਆ ਆਪਣੇ ਘਰ ਵਾਪਸੀ, ਅਤੇ ਪਾਣੀ ਦੀ ਬੋਤਲ ਲੈ ਲਈਏ, ਅਸੀਂ ਪਿਆਸ ਪੂਸ ਥੋੜ੍ਹੀ ਲੱਗਦੀ ਗਰਮੀ ਬੜੀ ਹੈ। ਚਲੋ ਮੈਂ ਚੱਲਦਾ ਹਾਂ, ਅਤੇ ਪ੍ਰੀਤ ਹਜੇ ਬਣਾਉਣ ਲੱਗੀ ਹੈ ਕੋਫਤੇ ਕੱਢਣ ਦੀ, ਮੈਂ ਨਹੀਂ ਬਣਾਉਣ ਲੱਗੀ, ਉਹ ਫਰਾਈ ਕਰਤੇ ਆ ਕੋਫਤੇ, ਫਰਾਈ ਵੀ ਨਹੀਂ ਕੀਤੇ ਹਾਂ, ਮੈਨੂੰ ਪਾਣੀ ਦੀ ਬੋਟਲ ਦੇ ਦਿਓ ਮੈਂ ਜਾਵਾਂ। ਕਹੀਏ ਹੁਣ ਬਾਏ ਬਾਏ ਤੁਹਾਨੂੰ ਚੱਲੀਏ। ਖਾਲਾ 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 ਪੂਜਾ ਭਾਜਾ ਖਾਲਾ, ਹੈਂ ਗੁਰਬਾਜ ਸਿੰਘ ਪੂਜਾ ਖਾਲਾ, ਓਹੋ ਕਹਿੰਦਾ ਮੈਨੂੰ ਹਵਾ ਨਹੀਂ ਆਉਂਦੀ ਪਈ, ਮੈਂ ਅੱਗੇ ਖਲੋ ਗਿਆ ਨਾ ਕੂਲਰ ਦੇ, ਕਹਿੰਦਾ ਮੈਨੂੰ ਹਵਾ ਨਹੀਂ ਆਉਂਦੀ ਪਈ। ਚਲੋ ਚਲੋ ਬਸ ਚੱਲੇ ਮੈਂ, ਚਲੋ ਠੀਕ ਆ ਪਾਬੋ, ਬਾਏ 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 ਕਰ ਦਿਓ, ਬਾਏ ਬਾਏ।
ਬਾਏ ਬਾਏ ਕਰ ਦੇ ਗੁਰਬਾਜ, ਬਾਏ ਕਰ ਦੇ ਬਾਏ, ਆਪਾਂ ਨੂੰ ਬਾਏ ਕਰ ਦੋ, ਵਲੌਗ ਚ ਕਰ ਦੋ ਨਾ। ਮਾਰ ਕੇ ਨਿਕਲਣਾ ਪੈਂਦਾ ਬੱਚਿਆਂ ਨੂੰ, ਤੁਹਾਨੂੰ ਪਤਾ ਔਖਾ ਹੁੰਦਾ, ਮਗਰ ਪੈਂਦੇ ਬੱਚੇ ਵੀ, ਤੇ ਸੋ ਬਹਾਨਾ ਜਿਹਾ ਮਾਰ ਕੇ ਨਿਕਲਦੇ ਹੁਣ ਆਪਾਂ। ਠੀਕ ਆ, ਮਾਂ ਗਰਮੀ ਬੜੀ ਠੰਡਾ ਠੰਡਾ ਵੀ ਲੈ ਗਈ ਨਾਲ ਹੀ ਰੱਖ ਕੇ। ਲੁਧਿਆਣੇ ਦਾ ਕੰਟਾ ਘਰ ਜਾਊਂਗਾ। ਬਹੁਤ ਜ਼ਿਆਦਾ ਯਾਰ ਬੁਰੇ ਹਾਲ ਗਰਮੀ ਨਾਲ, ਕਾਫੀ ਕੰਮ ਚੱਲ ਰਿਹਾ ਲੁਧਿਆਣੇ ਸਟੇਸ਼ਨ ਦਾ। ਇਹ ਕਾਫੀ ਵੱਡਾ ਸਟੇਸ਼ਨ ਬਣਨਾ ਵਾ, ਆਪਦਾ ਸਾਰੀਆਂ ਮਸ਼ੀਨਾਂ ਵਗੈਰਾ ਲੱਗੀਆਂ, ਕਾਫੀ ਇਹ ਕੰਮ ਹੋ ਰਿਹਾ ਵਾ। ਪਠਾਨਕੋਟ ਆ ਗਈ ਨਾਲ ਹੀ ਦਿੱਲੀ ਪਠਾਨਕੋਟ ਵਾਲੀ, ਉੱਦਣ ਵੀ ਅਸੀਂ ਇੱਥੋਂ ਜਦੋਂ ਗਏ ਹਾਂ ਉਦੋਂ ਵੀ ਆਈ ਨਾਲ ਹੀ ਦਿੱਲੀ ਪਠਾਨਕੋਟ ਵਾਲੀ, ਅਤੇ ਹੁਣ ਨਾਲ ਹੀ ਆ ਗਈ। ਦੇਖੋ ਹੁਣ ਅੰਮ੍ਰਿਤਸਰ ਦੀ ਗੱਡੀ ਹੁਣ ਲੇਟ ਹੋ ਰਹੀ ਆ, ਦੇਖੋ ਕਿੰਨੇ ਮੈਂ ਉੱਪਰ ਹੀ ਖਲੋ ਗਿਆ, ਮੈਂ ਚੱਲ ਜਿੱਧਰ ਮਰਜ਼ੀ ਚੱਲ ਜਾਈਦਾ, ਜਿੰਨੇ ਪਲੇਟਫਾਰਮ 'ਤੇ ਆਊਗੀ ਉੱਨੇ 'ਤੇ ਚੱਲ ਜਾਵਾਂਗੇ ਆਪਾਂ। ਲੇਟ ਹੋ ਰਹੀ ਆ ਹੁਣ, ਸ਼ਾਨੇ ਪੰਜਾਬ ਆ ਗਈ ਆ, ਭੀੜ ਤਾਂ ਬਾੜੀ ਆ ਯਾਰ, ਚਲੋ ਇੱਥੇ ਵਿਹਲੀ ਹੋ ਜੂਗੀ ਥੋੜ੍ਹੀ ਬਹੁਤ, ਚੜ੍ਹ ਜਾਂਦੇ ਹਾਂ ਸ਼ਾਨੇ ਪੰਜਾਬ 'ਤੇ। ਤੁਹਾਨੂੰ ਪਤਾ ਦਿੱਲੀ ਤੋਂ ਆਉਂਦੀ ਆ ਪਿੱਛੋਂ ਭਰੀ ਹੁੰਦੀ ਪੂਰੀ, ਦੇਖਦੇ ਹਾਂ ਮਾਹੌਲ ਚਾਲ ਆ। ਸ਼ਾਨੇ ਪੰਜਾਬ ਐਕਸਪ੍ਰੈਸ ਬੈਨ ਉਹਦਾ ਦੇ ਰਹੇ ਕਰਾਉਣੇ, ਮੈਂ ਬੂਹੇ ਖਲੋਨੇ, ਗਰਮੀ ਬੜੀ ਯਾਰ ਲੱਗਣ ਦੀ, ਬੜੇ ਹਾਲ ਆ ਗਰਮੀ ਨਾਲ, ਬੈਨ ਉਹਦਾ ਦੇ ਰਹੇ ਕਰਨ ਡਿਆ, ਬੁਰੇ ਹਾਲ ਹੋਏ ਗਰਮੀ ਨਾਲ। ਸ਼ੁਕਰ ਹੈ ਜਦੋਂ ਟ੍ਰੇਨ ਤੁਰੀ ਆ ਕਿਤੇ ਹਵਾ ਹੋ ਲੱਗੂਗੀ, ਗਰਮੀ ਨੇ ਤਾਂ ਕੱਢੇ ਪੂਰੇ ਬਾਹਰ ਟੱਪਦੇ, ਪਸੀਨਾ ਪਸੀਨਾ ਹੀ ਹੋਇਆ ਪਿਆ ਕੰਮ। ਦਿੱਲੀ ਨੂੰ ਬਹੁਤ ਟ੍ਰੇਨ ਜਾਂਦੀ ਆ, ਦਸ ਦਸ ਮਿੰਟ ਬਾਅਦ ਦਿੱਲੀ ਦੀ ਟ੍ਰੇਨ ਦਾ ਟਾਈਮ, ਬਹੁਤ ਜ਼ਿਆਦਾ ਦਿੱਲੀ ਨੂੰ ਟ੍ਰੇਨ ਜਿਹੜੀ ਜਾਂਦੀ ਆ।
ਲਾਡੋ ਵਾਲ ਲੰਘ ਗਿਆ ਸਟੇਸ਼ਨ, ਬਸ ਦਰਿਆ ਕੋਲ ਪਹੁੰਚ ਗਏ ਆਪਾਂ 7 ਵਜੇ। ਪਹੁੰਚੇ ਹਾਂ ਫਗਵਾੜੇ ਅਤੇ ਕੋਈ ਰਸ਼ ਰੁਸ਼ ਨਹੀਂ ਹੈਗਾ ਸਟੇਸ਼ਨ 'ਤੇ, ਖਾਲੀ ਪਿਆ ਸਾਰਾ। ਗਰਮੀ ਬੜੀ ਆ, ਆਉਣ ਜਾਣੀ ਸਵਾਰੀ ਵੀ ਘਟੀ ਹੋਈ ਆ, ਬਹੁਤ ਜ਼ਿਆਦਾ ਗਰਮੀ ਹੋਈ ਪਈ, ਬੁਰੇ ਹਾਲ ਯਾਰ। ਪਹੁੰਚ ਗਏ ਜਲੰਧਰ, ਮੈਂ ਤਾਂ ਭਰਾ ਬਾਹਰ ਖਲੋ ਗਏ ਆਉਣ ਡਿਆ, ਇੱਥੇ ਹੀ ਗਰਮੀ ਨੇ ਤਾਂ ਪੂਰੀ ਪੂਰੀ ਬੈਂਡ ਵਜਾਈ ਪਈ ਯਾਰ, ਸਾਹ ਨਹੀਂ ਨਿਕਲਣ ਡਿਆ ਅੰਦਰ, ਅਤੇ ਮੈਂ ਹਾਂ ਬਾਹਰ ਹੀ ਖਲੋਂਦੇ ਇੱਥੇ, ਇੱਥੇ ਹਵਾ ਹਵਾ ਲੱਗਦੀ ਰਹਿੰਦੀ ਵਧੀਆ। ਜਲਦੀ ਮਹਾ ਜਾਨ 'ਚ ਜਾਣ ਪੈਂਦੀ, ਬੋ ਹੀ ਬੜੀ ਆਉਂਦੀ ਆ, ਚਰਾਸ ਚੂ ਪਾਉਂਦੀ ਇੱਥੇ ਯਾਰ, ਬੜੀ ਬੋ ਆਉਂਦੀ ਆ। ਹੁਣ ਆ ਗਏ ਜਾਖਾ ਦਰਿਆ, ਜਿਹੜੇ ਵਾ ਉਹ ਉੱਚੇ ਬਣੇ ਆ, ਇੱਥੋਂ ਐਂ ਲੱਗਦਾ ਜਾਂ ਪਹਾੜੀ ਇਲਾਕਾ, ਉਹ ਵੀ ਜਿਹੜਾ ਉਹ ਪਲੇਟਫਾਰਮ ਆ ਕਾਫੀ ਉੱਚਾ, ਇੱਧਰ ਜਿਹੜੇ ਰੇਲਵੇ ਆ ਨੀਵਾਂ, ਉਹ ਕਿੱਥੇ ਕਿੱਥੇ ਘਰ ਬਣੇ ਉੱਚੇ ਉੱਚੇ।
1 ਵਜ ਕੇ ਤੇ 20 ਮਿੰਟ ਦਾ ਟਾਈਮ ਹੈਗਾ ਜੀ ਇਹਦਾ, ਆਪਣਾ ਟਾਟਾ ਨਗਰ ਦਾ ਬਿਆਸ ਦਾ। ਅੱਜ ਬਿਆਸ ਸਟੇਸ਼ਨ 'ਤੇ ਵੀ ਕਾਫੀ ਰਸ਼ ਆ, ਕਾਫੀ ਸਵਾਰੀ ਜਾਣ ਵਾਲੀ ਬੈਠੀ ਆ। ਇਹ ਤਾਂ ਘੱਟ ਹੀ ਹੁੰਦਾ ਬਿਆਸ ਅੱਜ ਕਾਫੀ। ਹੋਰ ਗੱਲਾਂ ਦੀਆਂ ਗੱਲਾਂ ਰਹੀਆਂ, ਸਫਾਈ ਬਹੁਤ ਆ ਇੱਥੇ ਯਾਰ, ਵਧੀਆ। ਅੰਮ੍ਰਿਤਸਰ ਪਹੁੰਚਿਆ ਤੇ ਬਾਰਿਸ਼ ਦਾ ਮਾਹੌਲ ਜਿਹੜਾ ਵੇਖਣ ਨੂੰ ਮਿਲਿਆ ਵਾ, ਦੇਖਿਆ ਤੇ ਬਹੁਤ ਜ਼ਿਆਦਾ ਗਰਮੀ, ਇੱਥੇ ਬੱਦਲ ਛਾਏ ਪਏ ਆ ਪੂਰੇ, ਕੋਈ ਪਤਾ ਨਹੀਂ ਕਿਹੜੇ ਵੇਲੇ ਬਾਰਿਸ਼ ਆ ਜਾਏ। ਗੱਡੀ ਆਪਣੀ ਰੋਗੀ ਸ਼ਵਾਲੀ ਫੜਕ ਤੇ ਇੱਥੇ ਉਤਰ ਗਏ ਆਪਾਂ। ਲਓ ਜੀ ਪਹੁੰਚ ਗਏ ਸੁਲਤਾਨ ਰੋਡ। ਲਓ ਜੀ ਪਹੁੰਚ ਕੇ ਦੀਦੀ ਹੁਣ ਵੱਲ। ਗਰਮੀ ਬੜੀ ਬਹਿੰਦੀ ਘੜੀ ਏ ਸੀ ਜਦ ਚਲੋ ਸਹੀ ਜੀ ਮੌਸਮ। ਮੰਗਾਲੇ ਆ ਸਮੋਸੇ ਤੇ ਨਾਲ ਚਾਹ ਵੀ ਬਣਾ ਲਓ ਹੁਣ ਥੋੜੀ ਥੋੜੀ। ਹਾਂ ਬਣਾ ਲਓ ਬਣਾ ਲਓ ਚਾਹ। ਹਰਗੁਣ ਕੀ ਕਰਦੀ ਪਈ ਆ? ਸਤਿ ਸ਼੍ਰੀ ਅਕਾਲ ਹਰਗੁਣ, ਸਤਿ ਸ਼੍ਰੀ ਅਕਾਲ। ਹਰਗੁਣ ਖੇਡਦੀ ਆ। ਗੁਰਬਾਜ ਕਿੱਥੇ ਗਿਆ ਹਰਗੁਣ? ਗੁਰਬਾਜ ਕਿੱਥੇ ਗਿਆ? ਗੁਰੂ ਹਾਂਜੀ ਜੀ, ਨਾਲ ਮੇਰੇ ਕੁਝ ਖਾਸ ਫਰੈਂਡ ਪ੍ਰੋਮੋ ਕਸਟ ਕਿ ਸਾਡਾ ਵੀ ਨਾਲ ਲਵ ਲਾਓ ਦੇ ਵਿੱਚ। ਇੱਕ ਮੇਰੀ ਭੈਣ ਹੈਗੀ ਗੁਰਪ੍ਰੀਤ ਕੌਰ ਜੀ ਤਰਨ ਤਾਰਨ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਜੀ ਸੁਰਿੰਦਰ ਕੌਰ ਜੀ ਬੰਗੇ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਅਸ਼ਲੀਨ ਕੌਰ ਜੀ ਸਪੇਨ ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਕਮਲਜੀਤ ਕੌਰ ਜੀ ਢਿੱਲੋਂ USA ਤੋਂ, ਅਤੇ ਨਾਲ ਮੇਰੇ ਇੱਕ ਹੋਰ ਵੀ ਜੀ ਹੈਗੇ ਨੇ ਸੇਵਕ ਸਿੰਘ ਜੀ ਕਪੂਰਥਲੇ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਰੁਪਿੰਦਰ ਜੀ ਕਨੇਡਾ ਤੋਂ। ਹਾਂਜੀ ਜੀ, ਫਿਰ ਕਿੱਦਾਂ ਲੱਗਾ ਇਹਦਾ ਵਲੌਗ? ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ, ਅਤੇ ਨਾਲ ਦੇ ਨਾਲ ਚੈਨਲ ਨੂੰ ਕਰ ਲਿਆ ਕਰੋ ਸਭ। ਮਿਲਦੇ ਹਾਂ ਸੋਹਣੇ ਜਿਹੇ ਫੈਮਲੀ ਵਲੌਗ ਦੇ ਨਾਲ। ਬਾਏ ਬਾਏ।